ਦੋਸਤੋ, ਬਜ਼ੁਰਗ ਸਾਡਾ ਸਰਮਾਇਆ ਹੁੰਦੇ ਨੇ, ਬਜ਼ੁਰਗ ਸਾਡਾ ਅਤੀਤ ਹੁੰਦੇ ਨੇ, ਬਜ਼ੁਰਗ ਸਾਡਾ ਭਵਿੱਖ ਹੁੰਦੇ ਨੇ, ਕਿਉਂਕਿ ਅਸੀਂ ਬਜ਼ੁਰਗਾਂ ਤੋਂ ਬਹੁਤ ਕੁਝ ਸਿੱਖ ਕੇ ਆਪਣੇ ਫਿਊਚਰ 'ਚ ਉਸ ਨੂੰ ਇਸਤੇਮਾਲ ਕਰਨਾ ਹੁੰਦਾ ਹੈ। ਅਸੀਂ ਬਚਪਨ 'ਚ ਆਪਣੇ ਮਾਤਾ ਪਿਤਾ, ਆਪਣੇ ਦਾਦੀ ਦਾਦਾ ਨਾਲ ਬਹੁਤ ਪਿਆਰ ਕਰਦੇ ਹਾਂ, ਪਰ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਤਾਂ ਪਤਾ ਨਹੀਂ ਸਾਡੇ ਸੁਭਾਅ ਨੂੰ ਕੀ ਹੋ ਜਾਂਦਾ ਹੈ। ਅਜਿਹੀ ਹੀ ਕਹਾਣੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਵੀਡੀਓ ਰਾਹੀਂ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਤੁਸੀਂ ਵੀ ਸੋਚੋਗੇ ਕਿ ਦੁਨੀਆ 'ਚ ਇਨਸਾਨੀਅਤ ਨਾਮ ਦੀ ਕੋਈ ਚੀਜ਼ ਨਹੀਂ ਰਹੀ ਹੈ। ਖਬਰ ਰੂਪਨਗਰ ਸ਼ਹਿਰ ਦੀ ਹੈ ਅਤੇ ਸ਼ਹਿਰ ਦੀ ਇੱਕ ਵੱਡੀ ਹਵੇਲੀ ਜਿੱਥੇ ਇੱਕ ਬਜ਼ੁਰਗ ਨੂੰ ਸੰਗਲਾਂ ਨਾਲ ਬੰਨ੍ਹ ਕੇ ਕੈਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਬੈਂਕ ਨੂੰ ਕਬਜ਼ਾ ਦਿਵਾਉਣ ਲਈ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਘਰ ਦਾ ਗੇਟ ਖੋਲ੍ਹਿਆ ਤਾਂ ਸਭ ਦੇ ਹੋਸ਼ ਉੱਡ ਗਏ। ਉੱਥੇ ਦੇਖਿਆ ਕਿ ਉੱਥੇ ਇੱਕ ਬਜ਼ੁਰਗ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ। ਇਸ ਘਰ ਦੇ ਮਾਲਕ ਮਨਿੰਦਰ ਸਿੰਘ ਪੁੱਤਰ ਤਰਨ ਸਿੰਘ ਨੇ ਸਮਾਲ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀ ਜੋ ਕਿ ਤਕਰੀਬਨ 8 ਲੱਖ ਦੇ ਕਰੀਬ ਸੀ, ਪਰ ਕਰਜ਼ਾ ਨਾ ਮੋੜਨ ਦੇ ਚੱਲਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਬੈਂਕ ਨੂੰ ਘਰ ਦਾ ਕਬਜ਼ਾ ਲੈਣ ਦੇ ਆਰਡਰ ਦੇ ਦਿੱਤੇ ਅਤੇ ਇਹ ਆਰਡਰ ਰੂਪਨਗਰ ਪ੍ਰਸ਼ਾਸਨ ਦੀ ਡਿਊਟੀ ਲਗਾਈ ਗਈ ਸੀ। ਪਰ ਜਦੋਂ ਪ੍ਰਸ਼ਾਸਨ ਬੈਂਕ ਨੂੰ ਕਬਜ਼ਾ ਦਿਵਾਉਣ ਲਈ ਇਸ ਘਰ ਵਿੱਚ ਪਹੁੰਚਿਆ ਤਾਂ ਅੰਦਰ ਦੇ ਹਾਲਾਤ ਦੇਖ ਕੇ ਉਹਨਾਂ ਦੇ ਵੀ ਰੌਂਗਟੇ ਖੜ੍ਹੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸੰਗਲਾਂ ਨਾਲ ਬੰਨ੍ਹਿਆ ਹੋਇਆ ਬਜ਼ੁਰਗ ਘਰ ਦਾ ਮਾਲਕ ਹੈ ਅਤੇ ਕਿਸੇ ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਿਹਾ ਹੈ। ਇਸ ਸਭ ਤੋਂ ਬਾਅਦ ਰੂਪਨਗਰ ਪ੍ਰਸ਼ਾਸਨ ਵੱਲੋਂ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਵਿਖੇ ਇਸ ਬਜ਼ੁਰਗ ਨੂੰ ਦਾਖਲ ਕਰਵਾ ਦਿੱਤਾ ਗਿਆ ਹੈ। ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਇਸ ਬਜ਼ੁਰਗ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਇਹ ਜੋ ਸਮਾਲ ਫਾਈਨਾਂਸ ਬੈਂਕ ਦਾ ਕੁਝ ਲੋਨ ਬਾਕੀ ਸੀ ਨੀਅਰ ਅਬਾਊਟ 10 ਲੱਖ ਦਾ, ਉਹਨਾਂ ਨੇ ਸਰਫੇਸੀ ਐਕਟ ਦੇ ਤਹਿਤ ਇਹ ਰਕਬਾ ਖਾਲੀ ਕਰਾਉਣ ਲਈ ADC ਸਾਹਿਬ ਦੀ ਕੋਰਟ 'ਚ ਕੇਸ ਫਾਈਲ ਕੀਤਾ ਸੀ। ਉੱਥੋਂ ਮੈਨੂੰ ਬਤੌਰ ਡਿਊਟੀ ਮੈਜਿਸਟ੍ਰੇਟ ਲਾਇਆ ਗਿਆ ਸੀ ਕਿਉਂਕਿ ਬੈਂਕ ਨੇ ਕਬਜ਼ਾ ਲੈਣਾ ਸੀ ਵੀ ਕਿਸੇ ਕਿਸਮ ਦੀ ਲਾ ਐਂਡ ਆਰਡਰ ਦੀ ਪੋਜੀਸ਼ਨ ਖਰਾਬ ਨਾ ਹੋਵੇ ਉਹਨੂੰ ਕੰਟਰੋਲ ਕਰਨ ਦੇ ਲਈ। ਅਤੇ ਜਦੋਂ ਅਸੀਂ ਮੌਕੇ 'ਤੇ ਗਏ ਉਹਨਾਂ ਨੇ ਲੋਕ ਤੋੜ ਕੇ ਬੈਂਕ ਕਬਜ਼ਾ ਲੈਣ ਲਈ ਕਾਰਵਾਈ ਕਰ ਰਹੀ ਸੀ ਅਤੇ ਅੰਦਰ ਇੱਕ ਮਾਨਸਿਕ ਤੌਰ 'ਤੇ ਰੋਗੀ ਸੀਗੇ, ਉਹ ਚੇਨਾਂ ਬੰਨ੍ਹੇ ਹੋਏ ਸੀ ਸਾਈਡ 'ਤੇ ਇੱਕ ਗੈਲਰੀ ਦੇ ਵਿੱਚ ਓਪਨ 'ਚ, ਉੱਪਰ ਕੋਈ ਛੱਤ ਨਹੀਂ ਸੀ, ਕੋਈ ਕੁਛ ਨਹੀਂ ਸੀ, ਚੇਨਾਂ ਬੰਨ੍ਹਿਆ ਹੋਇਆ ਸੀਗਾ। ਅਤੇ ਉਹ ਅਸੀਂ ਫਿਰ ਸਿਵਲ ਸਰਜਨ ਨੂੰ ਕਹਿ ਕੇ ਮੌਕੇ 'ਤੇ ਮਾਨਸਿਕ ਰੋਗਾਂ ਦੇ ਮਾਹਿਰ ਉਹਨਾਂ ਨੇ ਭੇਜਤੇ ਸੀ, DSSO ਦੇ ਵੀ ਧਿਆਨ 'ਚ ਲਿਆ ਦਿੱਤਾ ਸੀ, ਉਹਨਾਂ ਦਾ ਵੀ ਸਟਾਫ ਹਾਜ਼ਰ ਸੀ, ਪੁਲਿਸ ਵੱਲੋਂ ਵੀ ਮੁਲਾਜ਼ਮ ਹਾਜ਼ਰ ਸੀ। ਉਹਨਾਂ ਦੀ ਹਾਜ਼ਰੀ 'ਚ ਅਸੀਂ ਸਿਵਲ ਹਸਪਤਾਲ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੇ ਲਈ ਮੈਂ ਇਸ ਸੰਬੰਧੀ ਜਿਹੜੀ ਪੂਰੀ ਰਿਪੋਰਟ ਹੈ ਉਹ ਲਿਖ ਕੇ SDM ਸਾਹਿਬ ਨੂੰ ਸਬਮਿਟ ਕਰ ਦਿੱਤੀ ਹੈ, ਉਹਦੇ 'ਤੇ ਜੋ ਵੀ ਕਾਰਵਾਈ ਹੋਏਗੀ ਉਹ ਪੁਲਿਸ ਨਾਲ ਟੇਕ ਅਪ ਕਰਕੇ ਹਦਾਇਤ ਹੋਈ ਸੀ ਕਿ ਇੱਕ ਨਾ ਨਗਲੈਕਟਡ ਜਿਹਾ ਕੋਈ ਪੇਸ਼ੈਂਟ ਹੈਗਾ ਅਤੇ ਉਹ ਨਾ ਘਰੇ ਕਿਸੇ ਨੇ ਸੰਗਲ ਪਾ ਕੇ ਰੱਖਿਆ ਹੋਇਆ
ਅਤੇ ਫਿਰ ਮੈਂ ਆਪਣੇ ਸਕੈਟਰਿਸਟ ਨੋਡਲ ਅਫਸਰ ਮੈਂਟਲ ਹੈਲਥ ਐਕਟ ਦੀ ਉਹਨਾਂ ਦੀ ਡਿਊਟੀ ਲਾਤੀ ਸੀ, ਅਸੀਂ ਐਂਬੂਲੈਂਸ ਦੇ ਵਿਚਾਰ ਨੂੰ ਲੈ ਕੇ ਆਏ ਹਾਂ ਅਤੇ ਮੇਰੀ ਡਾਕਟਰ ਸਾਹਿਬ ਨਾਲ ਗੱਲ ਹੋਈ। ਡਾਕਟਰ ਸਾਹਿਬ ਨੇ ਮੈਨੂੰ ਜੋ ਬਰੀਫ ਕੀਤਾ ਉਹ ਇਸ ਤਰ੍ਹਾਂ ਹੈਗਾ ਕਿ 35-40 ਸਾਲ ਦੇ ਬਜ਼ੁਰਗ ਹਨ ਜੋ 7 ਦਿਨਾਂ ਤੋਂ ਉੱਥੇ ਬੰਨੇ ਹੋਏ ਪਏ ਸੀ ਅਤੇ ਨੈਗਲੈਕਟਿਡ ਸੀਗੇ, ਤਾਂ ਇਹਨਾਂ ਨੂੰ ਅਸੀਂ ਐਂਬੂਲੈਂਸ 'ਤੇ ਸ਼ਿਫਟ ਕੀਤਾ ਅੱਧਾ ਘੰਟਾ ਪਹਿਲਾਂ, ਤਾਂ ਇਹਨਾਂ ਨੂੰ ਅਸੀਂ ਫਸਟ ਏਡ ਦਿੱਤੀ ਹੈ, ਜੋ ਵੀ ਸਕੈਟਿਕ ਟ੍ਰੀਟਮੈਂਟ ਹੈਗਾ ਉਹ ਆਪਾਂ ਸਟਾਰਟ ਕਰਤਾ ਅਤੇ ਇਹਨਾਂ ਦੇ ਥੋਰੋ ਵਰਕਅਪ ਕਰਕੇ ਇਹਨਾਂ ਨੂੰ ਅਸੀਂ ਬਿਲਕੁਲ ਕੰਫਰਟੇਬਲ ਕਰਾਂਗੇ। ਰੂਪਨਗਰ ਤੋਂ ਡੀ ਨਿਊਜ਼ ਲਈ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ। ਦੋਸਤੋ, ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਮਨ ਵਿੱਚ ਕੁਝ ਨਾ ਕੁਝ ਜ਼ਰੂਰ ਸੋਚ ਰਹੇ ਹੋਵੋਗੇ। ਤੁਸੀਂ ਕੀ ਸੋਚ ਰਹੇ ਹੋ ਵੀਡੀਓ ਦਾ ਥੱਲੇ ਕਮੈਂਟ ਰਾਹੀਂ ਜ਼ਰੂਰ ਦੱਸੋ।